ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲਾਂ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਸਟੱਡੀ ਚੈਨਲ ਮੀਤ ਸਰ ਮੈਥਸ ਦੇ ਉੱਤੇ। ਉਮੀਦ ਕਰਦਾ ਤੁਸੀਂ ਠੀਕ ਹੋਵੋਗੇ, ਤੁਹਾਡੀ ਪੜ੍ਹਾਈ ਵਧੀਆ ਚੱਲਦੀ ਹੋਏਗੀ। ਤੁਹਾਡੇ ਜਿਹੜੇ ਕੰਪੀਟੈਂਸੀ ਬੇਸਡ ਟੈਸਟ ਹੁੰਦੇ ਨੇ ਉਹਨਾਂ ਦੀ ਤਿਆਰੀ ਦੇ ਲਈ ਅੱਜ ਜਿਹੜੀ ਡਿਪਾਰਟਮੈਂਟ ਨੇ 8th ਕਲਾਸ ਦੀ ਮੈਥ ਸਬਜੈਕਟ ਦੀ 7th ਵੀਕਲੀ ਪ੍ਰੈਕਟਿਸ ਸ਼ੀਟ ਭੇਜੀ ਹੈ, ਉਸ ਨੂੰ ਕਰਾਂਗੇ ਸੋਲਵ, ਜਿਹੜੀ ਕਿ ਬੇਸਡ ਹੈ ਅੰਡਰਸਟੈਂਡਿੰਗ ਕੋਆਰਡੀਨੇਟਰਸ ਅਤੇ ਡੇਟਾ ਹੈਂਡਲਿੰਗ ਚੈਪਟਰ ਦੇ ਉੱਤੇ। ਹਾਂਜੀ, ਅੱਗੇ ਜਾਣ ਤੋਂ ਪਹਿਲਾਂ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਸਬਸਕ੍ਰਾਈਬ ਕਰਕੇ ਆਲ ਨੋਟੀਫਿਕੇਸ਼ਨਸ ਨੂੰ ਔਨ ਕਰਕੇ ਬੈਲ ਨੂੰ ਪ੍ਰੈਸ ਕਰ ਦਿਓ ਪਹਿਲਾਂ, ਫਿਰ ਆਲ 'ਤੇ ਜਿਹੜਾ ਹੈ ਪ੍ਰੈਸ ਕਰ ਦਿਓ ਤਾਂ ਕਿ ਸਾਰੇ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚਦੇ ਰਹਿਣ ਸਾਡੀਆਂ ਨਵੀਆਂ ਵੀਡੀਓਜ਼ ਦੇ। ਆ ਜਾਂਦੇ ਹਾਂ ਸੋਲਿਊਸ਼ਨ 'ਤੇ। ਪਹਿਲਾ ਕੁਸ਼ਚਨ ਹੈ ਜੀ, ਹੇਠ ਦਿੱਤਿਆਂ ਵਿੱਚੋਂ ਸਹੀ ਜਿਹੜਾ ਕਥਨ ਹੈ ਉਹ ਚੁਣਨਾ ਹੈ, ਜਿਹੜਾ ਟ੍ਰੂ ਸਟੇਟਮੈਂਟ ਹੈ ਉਹਨੂੰ ਚੁਣਨਾ ਹੈ। ਇੱਕ ਸਮਾਂਤਰ ਚਤੁਰਭੁਜ ਯਾਨੀ ਕਿ ਪੈਰੇਲੋਗ੍ਰਾਮ ਦੇ ਵਿਕਰਣ ਬਰਾਬਰ ਹੁੰਦੇ ਆ? ਨਹੀਂ ਜੀ, ਇਹ ਤਾਂ ਹੈ ਗਲਤ। ਜੇਕਰ ਆਪਾਂ ਬਣਾ ਕੇ ਦੇਖੀਏ ਇੱਕ ਸਮਾਂਤਰ ਚਤੁਰਭੁਜ, ਉਹਦੇ ਵਿਕਰਣ ਆਹ ਹੋਣਗੇ, ਇੱਕ ਵੱਡਾ ਇੱਕ ਛੋਟਾ, ਤਾਂ ਇਹ ਤਾਂ ਹੋ ਗਈ ਗਲਤ ਆਪਣੇ ਕੋਲ। ਇੱਕ ਆਇਤ ਦੇ ਵਿਕਰਣ ਇੱਕ ਦੂਜੇ 'ਤੇ ਲੰਬ ਸਮ ਦੁਭਾਜਕ ਹੁੰਦੇ ਆ? ਨਹੀਂ ਜੀ, ਇਹ ਵੀ ਸਹੀ ਨਹੀਂ ਹੈ। ਜਿਹੜੀ ਆਇਤ ਹੁੰਦੀ ਹੈ ਉਹਦੇ ਜਿਹੜੇ ਵਿਕਰਣ ਯਾਨੀ ਕਿ ਡਾਇਗਨਲਸ ਹੁੰਦੇ ਆ ਉਹਨਾਂ ਦੇ ਵਿੱਚ 90 ਡਿਗਰੀ ਦਾ ਕੋਣ ਨਹੀਂ ਬਣਦਾ, ਤਾਂ ਦੂਜੀ ਵੀ ਹੋ ਗਈ ਗਲਤ। ਤੀਜੀ, ਸਮਲੰਬ ਚਤੁਰਭੁਜ ਦੀਆਂ ਭੁਜਾਵਾਂ ਕਿਹੜੀਆਂ ਕਹਿੰਦਾ ਬਰਾਬਰ ਹੁੰਦੀਆਂ? ਸਮਲੰਬ ਚਤੁਰਭੁਜ ਟ੍ਰੈਪੀਜ਼ੀਅਮ ਦੀਆਂ ਕਹਿੰਦਾ ਸਾਈਡਜ਼ ਬਰਾਬਰ ਹੁੰਦੀਆਂ? ਨਹੀਂ ਜੀ, ਕਿੱਥੇ ਬਰਾਬਰ ਹੁੰਦੀਆਂ ਨੇ, ਇਹ ਵੀ ਗਲਤ ਹੋ ਗਿਆ। ਚੌਥੀ ਹੀ ਸਹੀ ਹੋਣੀ ਚਾਹੀਦੀ ਹੈ। ਸਮ ਚਤੁਰਭੁਜ ਯਾਨੀ ਕਿ ਰੋਮਬਸ ਦੇ ਜਿਹੜੇ ਵਿਕਰਣ ਨੇ, ਰੋਮਬਸ, ਹਾਂਜੀ, ਸਮ ਚਤੁਰਭੁਜ ਦੇ ਵਿਕਰਣ ਇੱਕ ਦੂਜੇ 'ਤੇ ਲੰਬ ਹੁੰਦੇ ਆ। ਹਾਂਜੀ ਬਿਲਕੁਲ, ਉਹ ਇੱਕ ਦੂਜੇ ਦੇ ਨਾਲ 90 ਦਾ ਕੋਣ ਬਣਾਉਂਦੇ ਆ, ਤਾਂ ਜਿਹੜੀ ਚੌਥੀ ਸਟੇਟਮੈਂਟ ਹੈ ਇਹ ਸਹੀ ਹੈ। ਆ ਜਾਂਦੇ ਆ ਜੀ ਸੈਕਿੰਡ ਕੁਸ਼ਚਨ 'ਤੇ। ਸਮਾਂਤਰ ਚਤੁਰਭੁਜ ਯਾਨੀ ਕਿ ਪੈਰੇਲੋਗ੍ਰਾਮ ਦੇ ਵਿਕਰਣ ਦੇ 2 ਬਰਾਬਰ ਭਾਗ ਦਿੱਤੇ ਆ ਤਾਂ ਐਕਸ ਲੱਭਣਾ। ਬਰਾਬਰ ਭਾਗ ਨੇ ਤਾਂ ਇਹ ਦੋਨੇ ਬਰਾਬਰ ਹੋਣਗੇ, 2 ਜਾ ਕੇ ਉੱਧਰ ਜੁੜ ਜੂਗਾ, 3x ਬਰਾਬਰ 2 ਉੱਧਰ ਜਾ ਕੇ 7 ਅਤੇ 2 9 ਬਣ ਜਾਣਗੇ। 3 ਦੇ ਟੇਬਲ 'ਚ 9 ਕੱਟਿਆ 3 'ਤੇ ਐਕਸ ਆ ਜੂਗਾ 3, ਤਾਂ ਤੀਜੀ ਆਪਸ਼ਨ ਇਹਦੇ ਵਿੱਚੋਂ ਸਹੀ ਹੈ ਆਪਣੀ। ਹਾਂਜੀ ਆਉਂਦੇ ਹਾਂ ਤੀਜੇ ਕੁਸ਼ਚਨ 'ਤੇ। ਹਾਂਜੀ, ਇੱਕ ਚਤੁਰਭੁਜ ਦਿੱਤਾ ਹੋਇਆ ਆ, ਉਹਦੇ ਕੋਣ ਦਿੱਤੇ ਹੋਏ ਨੇ ਇਹ ਪਤਾ ਕਰਨਾ ਹੈ। ਹਾਂਜੀ, ਆਪਾਂ ਨੂੰ ਪਤਾ ਚਤੁਰਭੁਜ ਦੇ 4 ਕੋਣਾਂ ਦਾ ਜੋੜ ਹੁੰਦਾ 360 ਡਿਗਰੀ, ਅਤੇ ਚਾਰਾਂ ਦਾ ਜੋੜ 360 ਦੇ ਬਰਾਬਰ ਰੱਖਾਂਗੇ। ਦੇਖੋ ਇਹਦੇ ਵਿੱਚ ਏ 3, ਏ 2, ਏ ਅਤੇ 4 ਏ। ਹਾਂਜੀ, ਫਿਰ ਇਹਨਾਂ ਦਾ ਜੋੜ ਬਣ ਜਾਏਗਾ 3 ਅਤੇ 2 5, 4 9 1 10 ਏ। ਉਸ ਤੋਂ ਬਾਅਦ ਆਹ 10 ਪਲੱਸ 1 ਪਲੱਸ 2 ਮਾਈਨਸ 3, ਸਾਰਿਆਂ ਦਾ ਜੋੜ ਹੋ ਗਿਆ 360 ਡਿਗਰੀ, ਤਾਂ 10 ਏ। ਆਹ 2 ਅਤੇ 1 3, ਆਹ 3 ਮਾਈਨਸ ਏ, ਇਹ ਖਤਮ ਹੋ ਜਾਣਗੇ 3 'ਚੋਂ 3 ਖਤਮ ਕਰਕੇ। ਆਹ 10 ਉੱਧਰ ਜਾ ਕੇ 360 'ਚੋਂ ਘਟਾ ਦਿੰਦੇ ਹਾਂ, ਤਾਂ 10 ਏ ਬਰਾਬਰ 350 ਡਿਗਰੀ ਆ ਜਾਏਗਾ। ਤਾਂ ਏ ਬਰਾਬਰ 350 ਡਿਗਰੀ ਬਟੇ 10, 0 ਨਾਲ 0 ਕੱਟ ਕੇ ਏ ਆ ਜਾਏਗਾ 35। ਸੋ ਪਹਿਲੀ ਆਪਸ਼ਨ ਸਹੀ ਹੈ। ਅੱਗੇ ਆਏ ਨੇ ਚੌਥੇ ਕੁਸ਼ਚਨ 'ਤੇ। ਚਤੁਰਭੁਜ ਦੇ 4 ਕੋਣ ਦਿੱਤੇ ਹੋਏ ਨੇ ਇਸ ਰੇਸ਼ੋ ਦੇ ਵਿੱਚ, ਚਾਰੇ ਦੇ ਚਾਰੇ ਪਤਾ ਕਰਨੇ ਨੇ। ਹਾਂਜੀ, ਜਦੋਂ ਵੀ ਆਪਣੇ ਕੋਲ ਅਨੁਪਾਤ ਹੁੰਦਾ ਆਪਾਂ ਉਹਨਾਂ ਦੇ ਨਾਲ ਐਕਸ ਲੈ ਲੈਂਦੇ ਹਾਂ, ਤਾਂ ਜਿਹੜੇ ਕੋਣ ਹੋਣਗੇ ਉਹ ਆਪਾਂ ਲੈ ਲਾਂਗੇ 4x, 5x, 10x ਅਤੇ 11x। ਇਹਨਾਂ ਦਾ ਜੋੜ ਆਪਾਂ ਨੂੰ ਪਤਾ ਕਿੰਨਾ ਹੁੰਦਾ 360 ਡਿਗਰੀ। ਹਾਂਜੀ, 11 ਅਤੇ 10 21, 21 ਅਤੇ 5 26 ਅਤੇ 4 30 ਡਿਗਰੀ, 30x ਬਰਾਬਰ 360 ਡਿਗਰੀ, ਐਕਸ ਆ ਜਾਏਗਾ 360 ਡਿਗਰੀ ਬਟੇ 30, 0 ਨਾਲ 0, 3 ਦੇ ਪਹਾੜੇ 'ਚ 36, 12 'ਤੇ।
ਤਾਂ ਜਿਹੜੇ ਕੋਣ ਨੇ ਉਹ 12 ਚੌਕਾ 48 ਡਿਗਰੀ, 48 ਡਿਗਰੀ ਕਿਹੜੀ ਆਪਸ਼ਨ 'ਚ ਆ, ਬਸ ਇਹ 'ਚ ਹੀ ਆਨਸਰ ਬਣੂਗਾ, 12 5 60 ਆ ਜਾਣਾ ਫਿਰ ਅਗਲਾ। ਸੋ ਆਹ ਜਿਹੜਾ ਹੈ ਦੂਜੀ ਆਪਸ਼ਨ ਸਹੀ ਹੋ ਜਾਏਗੀ। ਫਿਰ ਅਗਲਾ 12 10 120 ਅਤੇ 12 11 132, ਇਸ ਤਰ੍ਹਾਂ ਇਹ ਇਸਦਾ ਆਨਸਰ ਆ ਜਾਏਗਾ ਆਪਣੇ ਕੋਲ। ਆ ਜਾਂਦੇ ਹਾਂ ਪੰਜਵੇਂ ਕੁਸ਼ਚਨ 'ਤੇ। ਏ ਬੀ ਸੀ ਡੀ ਇੱਕ ਸਮਾਂਤਰ ਚਤੁਰਭੁਜ ਯਾਨੀ ਕਿ ਪੈਰੇਲੋਗ੍ਰਾਮ ਹੈ। ਪੈਰੇਲੋਗ੍ਰਾਮ ਦੀ ਡਾਇਗ੍ਰਾਮ ਬਣਾ ਲੈਂਦੇ ਹਾਂ ਜੀ ਆਪਾਂ। ਏ ਬੀ ਸੀ ਡੀ, ਏ ਹੈਗਾ 7 ਐਕਸ, ਬੀ ਹੈਗਾ 110 ਡਿਗਰੀ, ਸੀ ਹੈਗਾ 70 ਡਿਗਰੀ ਅਤੇ ਆ ਹੈ 11 ਐਕਸ। ਤਾਂ ਐਕਸ ਦੀ ਵੈਲਿਊ ਦੇਖੋ, ਆਪਾਂ ਨੂੰ ਪਤਾ ਇਹ ਐਂਗਲਸ ਨੇ, ਪੈਰੇਲੋਗ੍ਰਾਮ ਸਮਾਂਤਰ ਚਤੁਰਭੁਜ ਦੇ ਆਮੋ ਸਾਹਮਣੇ ਕੋਣ ਜਿਹੜੇ ਹੁੰਦੇ ਆ ਬਰਾਬਰ ਹੁੰਦੇ ਆ। ਤਾਂ 7 ਐਕਸ ਬਰਾਬਰ ਆ ਜੂਗਾ 70 ਡਿਗਰੀ, ਚਾਹੇ ਇਹਨੂੰ ਬਰਾਬਰ ਕਰਕੇ ਉੱਥੋਂ ਲੱਭ ਲਓ, ਦੋਨਾਂ 'ਚੋਂ ਹੀ ਲੱਭ ਸਕਦੇ ਹੋ। ਹਾਂਜੀ, 7 ਦੇ ਟੇਬਲ 70 10 'ਤੇ ਆਉਂਦਾ ਤਾਂ ਐਕਸ ਆ ਜੂਗਾ ਜੀ 10 ਡਿਗਰੀ। ਤਾਂ ਦੂਜੀ ਆਪਸ਼ਨ ਜਿਹੜੀ ਹੈ ਉਹ ਆਪਣਾ ਆਨਸਰ ਬਣ ਜਾਏਗੀ। ਆ ਜਾਂਦੇ ਹਾਂ 6ਵੇਂ 'ਤੇ। ਕਹਿੰਦਾ ਇਹਨਾਂ 'ਚੋਂ ਕਿਹੜੇ ਚਤੁਰਭੁਜ ਦੇ ਕੋਣ ਹੋ ਸਕਦੇ ਆ। 6 ਚੌਕਾ 24 240 ਡਿਗਰੀ ਬਣੂਗਾ ਇਹਨਾਂ ਦਾ ਜੋੜ, ਇਹ ਨਹੀਂ ਹੋ ਸਕਦਾ। ਇੱਧਰ 5 5 10 ਅਤੇ 9 19, 360 ਹੋਣ ਦੇ ਲਈ ਪਿੱਛੇ ਤਾਂ 9 ਆ ਹੀ ਨਹੀਂ ਸਕਦਾ, ਤਾਂ ਆ ਵੀ ਨਹੀਂ 360 ਬਣ ਸਕਦਾ। ਇਹਨਾਂ ਨੂੰ ਜੋੜ ਕੇ ਦੇਖਦੇ ਹਾਂ, 90 9 8 17 175 ਅਤੇ 3 ਅਤੇ 2 5 9 7 16 5 5 10 1 7 6 13 1 14 340 ਡਿਗਰੀ ਬਣਿਆ। ਇਹਦਾ ਮਤਲਬ ਆਹੀ ਬਣਨਾ ਚਾਹੀਦਾ ਆਨਸਰ। 160 ਆ ਹੋ ਗਿਆ, 125 ਅਤੇ 75, 125 ਅਤੇ 75 ਹੋ ਗਿਆ 200, ਤਾਂ 360 ਡਿਗਰੀ ਇਹਨਾਂ ਦਾ ਹੀ ਜੋੜ ਬਣਦਾ ਪਿਆ, ਤਾਂ ਤੀਜੀ ਆਪਸ਼ਨ ਸਹੀ ਹੈ। ਅੱਗੇ ਆ ਜਾਂਦੇ ਹਾਂ ਜੀ 7ਵੇਂ 'ਤੇ। ਚਤੁਰਭੁਜ ਦੇ ਚਾਰ ਕੋਣ ਇਸ ਅਨੁਪਾਤ ਦੇ ਵਿੱਚ ਨੇ, ਸਭ ਤੋਂ ਵੱਡੇ ਅਤੇ ਛੋਟੇ ਦਾ ਅੰਤਰ ਲੱਭਣਾ। ਹਾਂਜੀ, 1 ਐਕਸ ਪਲੱਸ 2 ਐਕਸ ਪਲੱਸ 3 ਐਕਸ ਪਲੱਸ 4 ਐਕਸ, ਸਾਰਿਆਂ ਦਾ ਜੋੜ 360 ਡਿਗਰੀ। 4 ਅਤੇ 3 7 ਅਤੇ 2 9 1 10 ਐਕਸ ਬਰਾਬਰ 360 ਡਿਗਰੀ, 0 ਨਾਲ 0 ਕੱਟੀ ਜਾਊਗੀ, ਐਕਸ ਆ ਜੂਗਾ 36 ਡਿਗਰੀ। ਸਭ ਤੋਂ ਛੋਟਾ ਕੋਣ ਐਕਸ ਹੀ ਆ, ਉਹ ਆ ਗਿਆ। ਸਭ ਤੋਂ ਵੱਡਾ ਹੈਗਾ 4 ਐਕਸ, 36 ਚੌਕਾ 72 72 144 ਡਿਗਰੀ, 4 ਐਕਸ ਵਾਲਾ ਆ ਜੂਗਾ 144 ਡਿਗਰੀ। ਉਹ ਉੱਤੇ ਰੱਖ ਲੈਂਦੇ ਹਾਂ, ਇਹਨਾਂ ਨੂੰ ਮਾਈਨਸ ਕਰ ਦਿੰਦੇ ਕਿਉਂਕਿ ਇਹਨਾਂ ਦਾ ਅੰਤਰ ਪੁੱਛਿਆ ਹੋਇਆ। ਆਹ 4 ਐਕਸ ਵਾਲਾ ਆ ਗਿਆ, 14 'ਚੋਂ 6 ਕੱਢੇ 8, ਉਰੇ ਰਹਿ ਜਾਣਗੇ 3, 3 'ਚੋਂ 3 ਕੱਢੇ 0, 108 108 ਆਨਸਰ ਆਉਣਾ ਚਾਹੀਦਾ ਜੀ ਇਹਨਾਂ ਦਾ ਜਿਹੜਾ ਅੰਤਰ ਹੈ ਦੂਜੀ ਆਪਸ਼ਨ। ਅੱਗੇ ਕਹਿੰਦੇ ਹਾਂ 8ਵੇਂ ਕੁਸ਼ਚਨ 'ਤੇ। ਇੱਕ ਸਮਾਂਤਰ ਚਤੁਰਭੁਜ ਦੇ ਦੋ ਲਾਗਵੇਂ ਕੋਣ ਦਿੱਤੇ ਹੋਏ ਆ, ਲਾਗਵੇਂ ਯਾਨੀ ਐਡਜਸਟ ਐਂਗਲਸ। ਆਪਾਂ ਨੂੰ ਪਤਾ ਉਹਨਾਂ ਦਾ, ਤਾਂ ਉਹਨਾਂ ਦਾ ਜੋੜ 180 ਡਿਗਰੀ ਹੁੰਦਾ ਆ, ਇਹ ਉਹਨਾਂ ਦੀ ਪ੍ਰੋਪਰਟੀ ਹੁੰਦੀ ਆ, ਸੰਪੂਰਕ ਹੁੰਦੇ ਨੇ। ਤਾਂ 4 ਵਾਈ ਆ ਜੂਗਾ ਆਹ, 100 ਉੱਧਰ ਜਾ ਕੇ 180 'ਚੋਂ ਘੱਟ ਜੂਗਾ, 180 ਡਿਗਰੀ ਮਾਈਨਸ 100 ਡਿਗਰੀ, 4 ਵਾਈ ਬਰਾਬਰ 80 ਡਿਗਰੀ। 4 ਦੇ ਟੇਬਲ 'ਚ 80 20 'ਤੇ ਘੱਟ ਹੁੰਦਾ, ਤਾਂ ਵਾਈ ਆ ਜੂਗਾ 20 ਡਿਗਰੀ, ਤਾਂ ਵਾਈ ਹੀ ਪੁੱਛਿਆ ਸੀ ਉਹਨਾਂ ਨੇ, ਤਾਂ ਦੂਜੀ ਆਪਸ਼ਨ ਸਹੀ ਹੈ। 9ਵੇਂ ਕੁਸ਼ਚਨ 'ਤੇ ਆਉਂਦੇ ਹਾਂ। ਪੀ ਕਿਊ ਆਰ ਐੱਸ ਇੱਕ ਸਮਾਂਤਰ ਸਮ ਚਤੁਰਭੁਜ ਹੈ, ਇੱਕ ਰੋਮਬਸ ਹੈ। ਤਾਂ ਦੇਖੋ ਜਿਹੜਾ ਰੋਮਬਸ ਹੁੰਦਾ ਜਾਂ ਚਾਹੇ ਸਮਾਂਤਰ ਚਤੁਰਭੁਜ ਵੀ ਹੁੰਦਾ, ਉਹਦੇ ਵਿਕਰਣ ਯਾਨੀ ਕਿ ਡਾਇਗਨਲਸ ਇੱਕ ਦੂਜੇ ਨੂੰ ਬਰਾਬਰ ਹਿੱਸਿਆਂ 'ਚ ਵੰਡਦੇ ਆ, ਯਾਨੀ ਕਿ ਬਾਈਸੈਕਟ ਕਰਦੇ ਆ। ਸੋ ਆਹ ਹਿੱਸਾ ਇਹਦੇ ਬਰਾਬਰ ਹੋਊਗਾ, ਤਾਂ 2 ਐਕਸ ਮਾਈਨਸ 1 ਬਰਾਬਰ 9 ਆ ਉਧਰ ਜਾ ਕੇ ਜੁੜ ਜੂਗਾ, 2 ਐਕਸ ਬਰਾਬਰ 10, 2 ਦੇ ਟੇਬਲ 'ਚ 10 5 'ਤੇ, ਤਾਂ ਐਕਸ ਆ ਜੂਗਾ 5। ਤਾਂ ਐਕਸ 5 ਕਿਹੜੀ ਆਪਸ਼ਨ 'ਚ ਆ, ਪਹਿਲੀ ਅਤੇ ਤੀਜੀ। ਚਲੋ ਹਲੇ ਆਨਸਰ ਨਹੀਂ ਬਣਿਆ, ਵਾਈ ਵਾਲਾ ਵੀ ਕੱਢਣਾ ਪਊਗਾ। ਆਹ ਚੀਜ਼ ਇਹਦੇ ਬਰਾਬਰ ਰੱਖਾਂਗੇ, 3 ਵਾਈ ਪਲੱਸ 2 ਬਰਾਬਰ 11, 3 ਵਾਈ ਬਰਾਬਰ ਆ ਉਧਰ ਜਾ ਕੇ ਮਾਈਨਸ 11 ਮਾਈਨਸ 2, 3 ਵਾਈ ਬਰਾਬਰ 9, 3 ਦੇ ਟੇਬਲ 'ਚ 9 3 'ਤੇ।
ਤਾਂ ਐਕਸ ਪੰਜ ਵਾਈ ਤਿੰਨ, ਐਕਸ ਪੰਜ ਵਾਈ ਤਿੰਨ ਕਿਹੜੀ ਆਪਸ਼ਨ 'ਚ ਹੈ ਜੀ? ਪਹਿਲੀ 'ਚ। ਅੱਗੇ ਸਮੀਕਰਨਾਂ ਵਾਲੇ ਕੁਸ਼ਚਨਸ ਆ ਗਏ ਆਪਣੇ ਕੋਲ। ਮਨਪ੍ਰੀਤ ਕੋਲ ਇੱਕ ਬੁੱਕ ਆ, ਉਹਦੇ ਵਾਈ ਪੇਜ ਖੋਲ੍ਹਣੇ, ਉਹਨੇ 2/3 ਭਾਗ ਪੜ੍ਹ ਲਿਆ, 2/3 ਵਾਈ ਪੜ੍ਹ ਲਿਆ ਉਹਨੇ ਹਿੱਸਾ ਯਾਨੀ ਕਿ, ਅਤੇ ਬਾਅਦ ਦੇ ਵਿੱਚ 100 ਪੰਨੇ ਹਲੇ ਬਾਕੀ ਨੇ, ਤਾਂ ਵਾਈ ਕੁੱਲ ਸੀ ਉਹਦੇ ਵਿੱਚੋਂ 2/3 ਵਾਈ ਪੜ੍ਹ ਵੀ ਲਿਆ, ਫਿਰ ਵੀ ਅਜੇ 100 ਪੰਨੇ ਬਚ ਗਏ, ਤਾਂ ਆਹ ਸਮੀਕਰਨ ਬਣੂਗੀ। ਕਿਹੜੀ ਆਪਸ਼ਨ ਹੈ ਜੀ? ਤੀਜੀ ਆਪਸ਼ਨ ਸਹੀ ਹੈ। ਅੱਗੇ 11 ਤਾਂ ਇਹਨੇ ਨਾ, ਜੋ ਕਿਹੜੀ ਇੱਕ ਚੱਲ ਦੇ ਵਿੱਚ ਰੇਖੀ ਸਮੀਕਰਨ ਹੈ ਯਾਨੀ ਕਿ ਲੀਨੀਅਰ ਇਕੁਏਸ਼ਨ ਇਨ ਵਨ ਵੇਰੀਏਬਲ। ਵਨ ਵੇਰੀਏਬਲ ਇਹ 'ਚ ਦਿਖਦਾ ਪਿਆ, ਇਹ 'ਚ 2 ਵੇਰੀਏਬਲ ਹੋ ਗਏ, ਇਹਦੇ ਵਿੱਚ ਪਾਵਰ 2 ਹੋ ਗਈ। ਰੇਖੀ ਦੇ ਵਿੱਚ ਜਿਹੜੀ ਘਾਤ ਆ ਉਹ 1 ਤੋਂ ਵੱਧ ਨਹੀਂ ਹੋਣੀ ਚਾਹੀਦੀ, ਇਹ ਵੀ ਨਹੀਂ ਹੋ ਸਕਦਾ। ਇਹਦੇ ਵਿੱਚ ਬਟਰਫਲਾਈ ਲਗਾਓਗੇ ਤਾਂ 2+3x² ਇਹ ਵੀ ਸਕੇਅਰ 'ਚ ਆ ਗਈ, ਇਹ ਵੀ ਨਹੀਂ ਹੋ ਸਕਦੀ। ਸੋ ਪਹਿਲੀ ਆਪਸ਼ਨ ਹੀ ਸਹੀ ਹੈ, ਐਕਸ ਦੀ ਪਾਵਰ ਵੱਧ ਤੋਂ ਵੱਧ 1 ਹੈ ਘਾਤ, ਅਤੇ ਇੱਕੋ ਹੀ ਵੇਰੀਏਬਲ ਹੈ। ਅੱਗੇ ਆ ਜਾਂਦੇ ਹਾਂ ਜੀ 12 ਕੁਸ਼ਚਨ 'ਤੇ। ਐਕਸ 9 ਤੋਂ 19 ਹੀ ਵੱਡੀ ਹੈ ਜਿੰਨੀ 59 ਤੋਂ ਛੋਟੀ ਹੈ, ਇਹਦਾ ਮਤਲਬ ਐਕਸ 9 ਤੋਂ ਵੱਡੀ ਆ, ਇਹਦਾ ਮਤਲਬ ਐਕਸ ਮਾਈਨਸ 9 ਜਿਹੜਾ ਹੋਊਗਾ ਬਰਾਬਰ ਹੋਊਗਾ 59 ਤੋਂ ਉਹ ਛੋਟੀ ਆ, 59 ਮਾਈਨਸ ਐਕਸ, ਆਹ ਚੀਜ਼ ਹੋਣੀ ਚਾਹੀਦੀ ਆ। ਐਕਸ ਮਾਈਨਸ 9 ਬਰਾਬਰ 59 ਮਾਈਨਸ ਐਕਸ, ਕਿਹੜੀ ਆਪਸ਼ਨ ਹੈ ਜੀ? ਪਹਿਲੀ ਆਪਸ਼ਨ। ਅੱਗੇ ਆਉਂਦੇ ਹਾਂ ਜੀ 13 ਕੁਸ਼ਚਨ 'ਤੇ। ਇੱਕ ਪਿੰਡ ਦੇ ਲੋਕਾਂ ਨੇ ਪਿੰਡ ਦੀ ਸੜਕ ਦੇ ਨਾਲ 102 ਦਰਖਤ ਲਗਾਏ, ਉਹਨਾਂ 'ਚੋਂ ਕੁਝ ਫਲਾਂ ਵਾਲੇ ਅਤੇ ਕੁਝ ਬਿਨਾਂ ਫਲਾਂ ਵਾਲੇ ਨੇ। ਬਿਨਾਂ ਫਲਾਂ ਵਾਲੇ ਦਰਖਤਾਂ ਦੀ ਗਿਣਤੀ ਫਲਾਂ ਵਾਲੇ ਸੰਖਿਆ ਤੋਂ 3x2 ਵੱਧ ਸੀ, ਫਲਾਂ ਵਾਲੇ ਜਿਹੜੇ ਆ ਉਹ ਐਕਸ ਲੈ ਲੈਂਦੇ ਆ, ਤਾਂ ਬਿਨਾਂ ਫਲਾਂ ਵਾਲੇ ਇਹਨਾਂ ਦਾ ਤਿੰਨ ਗੁਣਾ ਹੋਜੂਗਾ 3x, ਉਸ ਤੋਂ 2 ਵੱਧ ਆਹ ਫਲਾਂ ਵਾਲੇ ਆ, ਬਿਨਾਂ ਫਲਾਂ ਵਾਲੇ ਇਹਨਾਂ ਦੀ ਕੁੱਲ ਗਿਣਤੀ 102 ਆ, ਸੋ ਇਹਨਾਂ ਦਾ ਜੋੜ ਬਰਾਬਰ 102 ਰੱਖਾਂਗੇ। 3x ਅਤੇ ਐਕਸ 4x ਬਰਾਬਰ, ਇਹ ਉੱਧਰ ਜਾ ਕੇ ਮਾਈਨਸ ਹੋ ਜੂਗਾ, 102 ਚੋਂ 2 ਘਟਾ ਕੇ 100 ਆਜੂਗਾ। ਐਕਸ ਬਰਾਬਰ 100/4, 25x ਹੁੰਦਾ 100। ਉਹਨੇ ਬਿਨਾਂ ਫਲਾਂ ਵਾਲੇ ਪੁੱਛਿਆ, ਬਿਨਾਂ ਫਲਾਂ ਵਾਲੇ ਕਿਹੜੇ ਸੀ? ਆਹ ਤਾਂ 3×25+2, 25 × 75+2 ਯਾਨੀ ਕਿ 77 ਦਰਖਤ ਨੇ ਜਿਹੜੇ ਬਿਨਾਂ ਫਲਾਂ ਵਾਲੇ ਨੇ, ਤਾਂ ਤੀਜੀ ਆਪਸ਼ਨ ਸਹੀ ਹੈ। ਅੱਗੇ ਆ ਜਾਂਦੇ ਹਾਂ ਜੀ 14 ਕੁਸ਼ਚਨ 'ਤੇ। ਇੱਕ ਸੰਖਿਆ ਦੇ ਦੁੱਗਣੇ 'ਚੋਂ 5 ਘਟਾਉਣ 'ਤੇ ਉਹੀ ਸੰਖਿਆ ਪ੍ਰਾਪਤ ਹੋਵੇਗੀ ਜੋ ਕਿ ਸੰਖਿਆ ਦੇ 3 ਗੁਣੇ 'ਚੋਂ 7 ਘਟਾਉਣ 'ਤੇ ਪ੍ਰਾਪਤ ਹੁੰਦੀ ਹੈ, ਸੰਖਿਆ ਐਕਸ ਮੰਨ ਲੈਂਦੇ ਹਾਂ। ਸੰਖਿਆ ਦਾ ਦੁੱਗਣਾ 2x, ਉਹਦੇ 'ਚੋਂ 5 ਘਟਾਈਏ ਤਾਂ ਕਿਹਦੇ ਬਰਾਬਰ ਹੋਊਗਾ? ਸੰਖਿਆ ਦੇ 3 ਗੁਣਾ, ਸੰਖਿਆ ਦਾ 3 ਗੁਣਾ, ਉਹਦੇ ਵਿੱਚੋਂ 7 ਘਟਾਉਣ 'ਤੇ, ਆਹ ਚੀਜ਼ ਆ। ਤਾਂ 2x ਉੱਧਰ ਲੈ ਜਾਂਦੇ ਹਾਂ, 7 ਇੱਧਰ ਲੈ ਜਾਂਦੇ ਹਾਂ, ਮਾਈਨਸ ਦੇ 5 ਪਲੱਸ ਇੱਧਰ ਆ, 7 ਇੱਧਰ ਆ ਕੇ ਪਲੱਸ ਦੇ ਹੋ ਜਾਣਗੇ, 3x ਆ, 2x ਉੱਧਰ ਜਾ ਕੇ ਮਾਈਨਸ ਦੇ ਆ, 7 ਚੋਂ 5 ਘਟਾ ਕੇ 2, ਐਕਸ ਆ ਗਿਆ ਆਪਣੇ ਕੋਲ 2, ਤਾਂ ਸੰਖਿਆ ਬਣੀ 2। ਅੱਗੇ ਆਉਂਦੇ ਹਾਂ ਜੀ ਆਪਾਂ ਆਖਰੀ ਕੁਸ਼ਚਨ 'ਤੇ ਫਿਰ। ਇੱਕ ਪ੍ਰਚੂਨ ਸਟੋਰ 'ਤੇ ਇੱਕ ਪਲਾਸਟਿਕ ਦੇ ਗਮਲੇ ਦੀ ਕੀਮਤ ਝਾੜੂ ਦੀ ਕੀਮਤ ਨਾਲੋਂ 50 ਰੁਪਏ ਵੱਧ ਹੈ, 2 ਗਮਲਿਆਂ ਦੀ ਕੀਮਤ ਅਤੇ 3 ਝਾੜੂਆਂ ਦੀ ਕੀਮਤ ਦਾ ਅਨੁਪਾਤ ਇੰਨਾ ਹੈ, ਗਮਲੇ ਦੀ ਕੀਮਤ ਕਿੰਨੀ ਹੈ? ਝਾੜੂ ਦੀ ਕੀਮਤ ਐਕਸ ਲੈ ਲਾਂਗੇ, ਗਮਲੇ ਦੀ ਕੀਮਤ ਆਹ ਝਾੜੂ ਦੀ ਲੈ ਲਈ ਆਪਾਂ, ਗਮਲੇ ਦੀ ਕਿੰਨੀ ਹੋਜੂਗੀ? ਉਹਦੇ ਤੋਂ 50 ਵੱਧ, ਐਕਸ ਪਲੱਸ 50 ਹੋਜੂਗੀ ਗਮਲੇ ਦੀ, ਤਾਂ 2 ਗਮਲਿਆਂ ਦੀ ਕੀਮਤ, 2 ਗਮਲਿਆਂ ਦੀ ਕੀਮਤ ਕੀ ਹੋਜੂਗੀ? 2 ਬਰੈਕਟ 'ਚ ਐਕਸ ਪਲੱਸ 50 ਆ 2 ਗਮਲਿਆਂ ਦੀ ਕੀਮਤ, ਉਹਦਾ 3 ਝਾੜੂਆਂ ਦੀ ਕੀਮਤ, 3 ਝਾੜੂ ਹੋ ਗਏ 3x ਦੇ, ਇਹਦਾ ਅਨੁਪਾਤ ਦਿੱਤਾ ਹੋਇਆ 5/6। ਤਾਂ ਇਹਨੂੰ ਸੋਲਵ ਕਰਦੇ ਹਾਂ ਆਪਾਂ।
ਹਾਂਜੀ ਪਹਿਲਾਂ ਤਾਂ ਉੱਪਰ ਆਹ ਬ੍ਰੈਕਟ ਖੋਲ੍ਹ ਲੈਂਦੇ ਹਾਂ, 2x ਪਲੱਸ 2 ਅਤੇ 50 ਦੀ ਗੁਣਾ 100 ਬਟੇ 3x ਬਰਾਬਰ 5/6 ਆਰ ਪਾਰ ਗੁਣਾ ਕਰਦੇ ਹਾਂ, ਆਹ 6 ਦੂਣੀ 12x ਹੋ ਜੂ ਪਲੱਸ 100 ਛੀਕਾ 600 ਹੋ ਜੂਗਾ ਬਰਾਬਰ 5 3 15x। ਤਾਂ ਇਹਨੂੰ ਉੱਧਰ ਲੈ ਜਾਂਦੇ ਹਾਂ, 600 ਬਰਾਬਰ 15x ਮਾਈਨਸ 12x, 600 ਬਰਾਬਰ 15 ਚੋਂ 12 ਘਟਾ ਕੇ 3x, 3 ਦੇ ਪਹਾੜੇ 'ਚ ਇਹਦੀ ਕਟਿੰਗ 200 ਆਜੂਗਾ, ਐਕਸ ਆ ਗਿਆ ਜੀ 200, ਯਾਨੀ ਕਿ ਝਾੜੂ ਆ ਗਿਆ 200 ਦਾ। ਉਹਨੇ ਗਮਲੇ ਦੀ ਪੁੱਛੀ ਆ, ਝਾੜੂ ਤੋਂ 50 ਰੁਪਏ ਵੱਧਦਾ, 200 ਪਲੱਸ 50 ਯਾਨੀ ਕਿ 250 ਰੁਪਏ ਗਮਲੇ ਦੀ ਕੀਮਤ। ਤਾਂ ਤੀਜੀ ਆਪਸ਼ਨ ਆਪਣੇ ਕੋਲ ਸਹੀ ਆਪਸ਼ਨ ਬਣ ਜਾਵੇਗੀ। ਸੋ ਸਟੂਡੈਂਟਸ, ਇਹ ਸੀ ਜੀ ਤੁਹਾਡੇ 8ਵੀਂ ਵਾਲਿਆਂ ਦੇ ਲਈ ਮੈਥ ਦੇ ਲਈ 7ਵੀਂ ਵੀਕਲੀ ਪ੍ਰੈਕਟਿਸ ਸ਼ੀਟ ਦਾ ਹੱਲ। ਉਮੀਦ ਕਰਦਾ ਸਾਰੇ ਕੁਸ਼ਚਨ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਫਿਰ ਵੀ ਕੋਈ ਪ੍ਰੋਬਲਮ ਹੋਈ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਕਮੈਂਟ ਕਰਨਾ ਅਤੇ ਸ਼ੇਅਰ ਕਰ ਦੇਣਾ ਆਪਣੇ ਹੋਰ ਫਰੈਂਡਸ ਅਤੇ ਸਟੂਡੈਂਟਸ ਦੇ ਨਾਲ ਵੀ। ਜਲਦ ਹੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ।